पल पल जाए आप मुकत मोहे तारे आप मुकत मोहे कहो नानक संतन रस आई है कहो नानक संतन रस आई है कहो नानक संतन रस आई है कहो पल जाए आप मुकत मोहे तारे आप मुकत मोहे तारे कवन 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 भूल कवन कवन बेसुमार बेंत स्वामी तेरो अंत लगन हूँ लहिए बेसुमार बेंत स्वामी तेरो अंत लगन हूँ लहिए कवन कवन गुण कहिए कवन कवन गुण कहिए कवन कवन गुण कहिए हर नामो मंत्र दिड़ाएं दा कटे हो मैं रोग हर नामो मंत्र दिड़ाएं दा कटे हो मैं रोग नानक सतगुर ते नाम मिलाया जिन तुरे पया संयोग नानक सतगुर ते नाम मिलाया जिन तुरे पया संयोग पल पल जाए ऐसे गुरु को पल पल जाए आप मुकत मोहे तारे आप मुकत मोहे तारे किस गुर को चुलावो पाखा ऐसे पल पल जाए।
ਨਾਲ ਜਾਈਏ ਗੁਰੂ ਪਾਤਸ਼ਾਹ ਗੁਰੂ ਮਹਾਰਾਜ ਜਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੰਨਾ ਹੀ ਭਗਤਾਂ ਦੀ ਭੱਟਾਂ ਦੀ ਗੁਰੂ ਕੇ ਸਿੱਖਾਂ ਦੀ ਬਾਣੀ ਦਰਜ ਹੈ ਸੋ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਇੱਕੋ ਹੀ ਗੁਰੂ ਦੀ ਗੱਲ ਕਰਦੇ ਹਨ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਰ ਜਿੰਨੇ ਵੀ ਤਪ ਕਰਕੇ ਜਪ ਕਰਕੇ ਸਿੱਧੀਆਂ ਕਰਕੇ ਸੰਸਾਰ ਵਿੱਚ ਤੁਸੀਂ ਅਨੇਕਾਂ ਗੁਰੂਆਂ ਨੂੰ ਦੇਖਦੇ ਹੋ ਕਈ ਆਪ ਗੁਰੂ ਕਹਾਉਂਦੇ ਨੇ ਕਈ ਮੂੰਹ ਆਪ ਬੋਲਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਆਪ ਨਿਰੰਕਾਰ ਮਹਾਰਾਜ ਆਪ ਬੋਲ ਰਹੇ ਹਨ ਸੋ ਮਤ ਕੋ ਪਰਮ ਭੁਲੇ ਸੰਸਾਰ ਗੁਰਬਿਨ ਕੋਈ ਨਾ ਉਤਰਸ ਪਾਰ ਇਹਦਾ ਮਤਲਬ ਇਹ ਨਹੀਂ
ਕਿ ਤੁਸੀਂ ਗਲੀ ਗਲੀ ਥਾਂ ਥਾਂ ਅੱਜ ਦੇ ਜਿਹੜੇ ਮਨੁੱਖੀ ਗੁਰੂ ਬਣੇ ਹੋਏ ਹਨ ਉਹਨਾਂ ਦੇ ਪਿੱਛੇ ਭੱਟਣਾ ਸ਼ੁਰੂ ਕਰ ਦਿਓ। ਸੋ ਆਪ ਜੀ ਦੇ ਅੱਗੇ ਬਹੁਤ ਨਿਮਰਤਾ ਸਹਿਤ ਇਹ ਅਰਦਾਸ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਤੋਂ ਵੱਡਾ ਪੂਰੇ ਸੰਸਾਰ ਦਾ, ਪੂਰੀ ਕਾਇਨਾਤ ਦਾ, ਪੂਰੇ ਬ੍ਰਹਿਮੰਡ ਦਾ ਹਰ ਪੱਖ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਲੱਭ ਸਕਦੇ ਹੋ, ਦੇਖ ਸਕਦੇ ਹੋ, ਪਾ ਸਕਦੇ ਹੋ। ਐਸੇ ਗੁਰੂ ਪਲ ਪਲ ਜਾਈਏ, ਐਸੇ ਗੁਰੂ ਪਲ ਪਲ ਸਤਸੰਗ ਜੀ, ਸੰਗਤਾਂ ਵੱਲੋਂ ਬਹੁਤ ਬਹੁਤ ਹੁਕਮ ਹੋਇਆ ਹੈ ਕਿ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜ, ਬਹੁਤ ਹੀ ਸਪਸ਼ਟ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਹਨ, ਜੋ ਕੁਝ ਮੰਗਣਾ ਹੈ ਉਸ ਪਰਮਾਤਮਾ ਤੋਂ ਮੰਗੋ ਜਿਨ੍ਹਾਂ ਨੇ
ਅਨੇਕਾਂ ਰਾਜੇ ਬਣਾਏ, ਅਨੇਕਾਂ ਰਾਜੇ ਬਣਾ ਰਿਹਾ ਹੈ, ਅਨੇਕਾਂ ਰਾਜੇ ਬਣਾਏਗਾ, ਪਰ ਉਹ ਸਾਰਿਆਂ ਤੋਂ ਆਪ ਉੱਤੇ ਮਹਾਰਾਜਿਆਂ ਦਾ ਮਹਾਰਾਜਾ ਅਕਾਲ ਪੁਰਖ ਪਰਮਾਤਮਾ। ਸੋ ਗੁਰੂ ਸਾਹਿਬ ਆਪ ਸਾਨੂੰ ਇਹ ਕਹਿ ਕੇ ਗਏ ਹਨ, ਜੋ ਮੁਖ ਪਰਮੇਸ਼ੁਰ ਉਚਰੇ ਤੇ ਸਭ ਨਰਕ ਕੁੰਡ ਮੇ ਪਰੇ। ਜੋ ਮੈਨੂੰ ਪਰਮੇਸ਼ੁਰ ਕਹੇਗਾ, ਮੇਰੇ ਤੋਂ ਮੰਗੇਗਾ, ਉਹ ਨਰਕਾਂ ਦਾ ਭਾਗੀ ਹੋਏਗਾ। ਸੋ ਜਦੋਂ ਵੀ ਮੰਗਣਾ ਹੈ ਉਸ ਰਾਜਿਆਂ ਦੇ ਰਾਜੇ ਕੋਲੋਂ, ਉਸ ਪਰਮਾਤਮਾ ਕੋਲੋਂ, ਅਤੇ ਸਾਰਿਆਂ ਦੀ ਸੁਣਦਾ। ਔਰ ਇਹੀ ਕੀ ਘੱਟ ਹੈ ਕਿ ਅੱਜ ਅਸੀਂ ਇੱਥੇ ਜਿੰਦੇ ਬੈਠੇ ਹਾਂ ਔਰ ਸਾਨੂੰ ਸਾਹ ਦਿੱਤੇ ਹੋਏ ਨੇ ਰੱਬ ਨੇ, ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਜਿਹੜੇ ਨਹੀਂ ਵੀ ਗੁਰਪੁਰਬ ਮਨਾ ਰਹੇ ਉਹਨਾਂ ਨੂੰ ਵੀ ਜਿੰਦੇ ਰੱਖਿਆ ਹੋਇਆ। ਸੋ ਉਹਦੇ ਹੱਥ ਜਿਹੜਾ ਜੀਵਨ ਦਿੰਦਾ ਹੈ, ਹਰਦਮ ਉਸ ਮਹਾਰਾਜ ਅੱਗੇ ਹੱਥ ਜੋੜੋ, ਉਸ ਕੋਲੋਂ ਮੰਗੋ, ਕਦੇ ਨਾ ਕੋਸ਼ਿਸ਼ ਕਰੋ ਚਿੱਟਿਆਂ ਨੀਲਿਆਂ ਪੀਲਿਆਂ ਕੱਪੜਿਆਂ ਦੇ ਪਿੱਛੇ ਲੱਗ ਕੇ ਕਿ ਖਰੇ ਇਹਨਾਂ ਨੇ ਸਾਨੂੰ ਕੀ ਦੇ ਦੇਣਾ। ਸੋ ਆਪ ਇਹਨਾਂ ਪਰਮਾਂ ਤੋਂ, ਇਹਨਾਂ ਝੁੰਡਾਂ ਤੋਂ, ਇਹਨਾਂ ਜਗ੍ਹਾਂ ਤੋਂ ਬਚੋ, ਸਿਰਫ ਮਹਾਰਾਜ ਦੀ ਚਰਨੀ ਲੱਗੋ, ਜੋ ਲੈਣਾ ਉਹ ਪਰਮਾਤਮਾ ਨੇ ਦੇਣਾ। ਸੋ ਮਹਾਰਾਜ ਸ਼ਾਹ ਸ਼ਹਿਨਸ਼ਾਹ